ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਚੈਪਟਰ 6 ਦੇ ਵਿੱਚੋਂ ਬਹੁਤ ਹੀ ਇੰਪੋਰਟੈਂਟ ਥਿਊਰਮ ਪਾਈਥਾਗੋਰਸ ਥਿਊਰਮ ਬਾਰੇ ਡਿਸਕਸ ਕਰਾਂਗੇ ਤੇ ਇਸਦੇ ਹੱਲ ਬਾਰੇ ਜਾਣਾਂਗੇ ਸੋ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤਾਂ ਕਿ ਤੁਹਾਨੂੰ ਵੀਡੀਓਜ਼ ਦੇ ਲੇਟੈਸਟ ਅਪਡੇਟਸ ਮਿਲਦੇ ਰਹਿਣ ਇਸ ਥਿਊਰਮ ਨੂੰ ਬੜੀ ਹੀ ਆਸਾਨ ਤਰੀਕੇ ਦੇ ਨਾਲ ਸਮਝਣ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਸੋ ਸਾਨੂੰ 기ਵਨ ਕੀ ਹੈ ਇਨ a ਰਾਈਟ ਟ੍ਰਾਇੰਗਲ ਦਾ ਸਕੇਅਰ ਆਫ ਦਾ ਹਾਈਪਰਟਨਿਊਸ ਸੋ ਸਾਡੇ ਪਾਸ ਕੀ ਹੈ ਰਾਈਟ ਟ੍ਰਾਇੰਗਲ ਸਮ ਕੋਣ ਤ੍ਰਿਭੁਜ ਵਿੱਚ ਸੋ ਸਾਨੂੰ ਕੀ ਗਿਵਨ ਹੈ ਇੱਕ ਰਾਈਟ ਐਂਗਲ ਟ੍ਰਾਇੰਗਲ ਸਮ ਕੋਣੀ ਤ੍ਰਿਭੁਜ ਸੋ ਅਸੀਂ ਇੱਕ ਰਾਈਟ ਐਂਗਲ ਟ੍ਰਾਇੰਗਲ ਜਿਹੜੀ ਆ ਉਹ ਬਣਾ ਲੈਨੇ ਆ ਸਮ ਕੋਣੀ ਤ੍ਰਿਭੁਜ ਜਿਹੜੀ ਹੈ ਸਪੋਜ਼ ਸਾਡੇ ਪਾਸ ਇਹ ਕੀ ਹੈ ਇੱਕ ਸਮ ਕੋਣ ਤ੍ਰਿਭੁਜ ਹੈ ਤਾਂ ਇਸ ਦੇ ਵਿੱਚ ਇੱਕ ਐਂਗਲ ਕਿੰਨੇ ਦਾ ਹੋਣਾ ਚਾਹੀਦਾ 90 ਡਿਗਰੀ ਦਾ ਸਪੋਜ਼ ਇਸ ਦਾ ਨਾਮ ਅਸੀਂ ਰੱਖ ਲੈਨੇ ਆ ਏ ਬੀ ਸੀ ਤੇ ਸੋ 기ਵਨ ਕੀ ਹੈ ਸਾਡੇ ਪਾਸ ਦਿੱਤਾ ਕੀ ਹੈ ਸਾਨੂੰ ਫਸਟ ਸਟੈਪ ਦੇ ਵਿੱਚ ਤ੍ਰਿਭੁਜ ABC ਟ੍ਰਾਇੰਗਲ A B C ਤੇ ਰਾਈਟ ਐਂਗਲ ਕਿੱਥੇ ਹੈ ਸਾਡੇ ਪਾਸ ਪੁਆਇੰਟ B ਦੇ ਉੱਪਰ ਸੋ ਐਂਗਲ B ਕੀ ਹੈ ਸਾਡਾ ਰਾਈਟ ਐਂਗਲ ਹੈ ਐਂਗਲ B ਇਸ ਇਕੁਅਲ ਟੂ 90 ਡਿਗਰੀ ਦੋਸਤੋ ਅਕਸਰ ਸਾਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਥਿਊਰਮ ਹੈ ਇਹ ਬੜੀ ਔਖੀ ਹੈ ਬੜੀ ਟਫ ਹੈ ਤੇ ਕੇਸ ਨੂੰ ਕ੍ਰੈਮ ਕਰ ਲੈਣਾ ਚਾਹੀਦਾ ਰੱਟਾ ਮਾਰ ਲੈਣਾ ਚਾਹੀਦਾ ਹੈ ਪਰ ਇਸ ਵੀਡੀਓ ਦੇ ਵਿੱਚ ਅਸੀਂ ਇਸ ਥਿਊਰਮ ਨੂੰ 3 ਸਟੈਪਸ ਦੇ ਵਿੱਚ ਸੋਲਵ ਕਰਾਂਗੇ ਤੇ ਤੁਹਾਡੇ ਲਈ ਬਿਲਕੁਲ ਈਜ਼ੀ ਕਰਦੇ ਆਂਗੇ ਆਸਾਨ ਕਰਦੇ ਆਂਗੇ ਤੇ ਇਸ ਨੂੰ ਆਪਾਂ ਨੇ ਰੱਟਾ ਨਹੀਂ ਮਾਰਨਾ ਬਿਲਕੁਲ ਵੀ ਸਮਝਣਾ ਹੈ ਸੋ ਅਸੀਂ ਸਿੱਧ ਕੀ ਕਰਨਾ ਹੈ ਪ੍ਰੂਵ ਕੀ ਕਰਨਾ ਹੈ ਇਸ ਥਿਊਰਮ ਦੇ ਵਿੱਚ ਟੂ ਪ੍ਰੂਵ ਜਾਂ ਸਿੱਧ ਕਰੋ ਕੀ ਹੈ ਸਾਡੇ ਪਾਸ ਸਕੁਅਰ ਆਫ ਦਾ ਹਾਈਪਰਟਨਿਊਸ ਸੋ ਜਿਹੜਾ ਸਕੁਅਰ ਹੈ ਕਰਨ ਦਾ ਵਰਗ ਸੋ ਕਰਨ ਸਾਡੇ ਪਾਸ ਕੀ ਹੈ ਏਸੀ ਸੋ ਏਸੀ ਦਾ वर्ग इज ही स्क्वायर इज इक्वल टू सम ऑफ स्क्वेयर्स ऑफ अदर टू साइड्स दो ਭੁਜਾਵਾਂ ਦੇ ਵਰਗਾਂ ਦਾ ਜੋੜ ਸੋ ਦੋ ਭੁਜਾਵਾਂ ਕਿਹੜੀਆਂ ਨੇ ए बी स्क्वेयर प्लस बी सी स्क्वेयर ਸੋ ਬਾਕੀ ਦੀਆਂ ਜਿਹੜੀਆਂ ਦੋ ਭੁਜਾਵਾਂ ਨੇ ए बी ਤੇ बी सी ਦੇ ਵਰਗਾਂ ਦਾ ਜੋੜ ਸੋ ਹੁਣ ਅਸੀਂ ਕੀ ਕਰਨਾ ਹੈ ਕਿ ਇਹਦੇ ਵਿੱਚ ਅਸੀਂ ਕੰਸਟਰਕਸ਼ਨ ਕਰਨੀ ਹੈ ਰਚਨਾ ਕਰਨੀ ਹੈ ਨੈਕਸਟ ਸਟੈਪ ਦੇ ਵਿੱਚ ਉਸ ਤੋਂ ਬਾਅਦ ਅਸੀਂ ਆਪਣੀ ਥਿਊਰਮ ਨੂੰ ਹੱਲ ਕਰਨਾ ਸ਼ੁਰੂ ਕਰਾਂਗੇ ਰਚਨਾਤੂ ਭਾਵ ਇੱਕ ਐਸੀ ਕੰਸਟਰਕਸ਼ਨ ਜਿਹੜੀ ਅਸੀਂ ਇੱਥੇ ਰਫ ਡਰਾ ਕਰਨਾ ਹੈ ਅਸੀਂ ਜੋ ਐਕਚੁਅਲ ਦੇ ਵਿੱਚ ਕਰ ਸਕੀਏ ਆਪਣੀ ਜਿਓਮੈਟਰੀ ਦੇ ਸਮਾਨ ਦੇ ਨਾਲ ਸੋ ਪੁਆਇੰਟ ਬੀ ਤੋਂ ਅਸੀਂ ਏਸੀ ਦੇ ਉੱਪਰ ਇੱਕ ਪਰਪੈਂਡੀਕੂਲਰ ਡਰਾ ਕਰਨਾ ਹੈ ਲੰਬ ਡਰਾ ਕਰਨਾ ਹੈ ਸੋ ਮੰਨ ਲਓ ਇਹ ਕੀ ਹੈ ਬੀਡੀ ਸੋ ਬੀਡੀ ਜੋ ਹੈ ਸਾਡੇ ਪਾਸ ਪਰਪੈਂਡੀਕੂਲਰ ਹੈ ਲਾਈਨ ਏਸੀ ਦੇ ਉੱਪਰ ਸਾਈਡ ਏਸੀ ਦੇ ਉੱਪਰ ਬੀਡੀ ਲੰਬ ਹੈ ਏਸੀ ਦੇ ਉੱਪਰ ਦੋਸਤੋ ਇਸ ਥੀਰਮ ਨੂੰ ਅਸੀਂ 3 ਸਟੈਪਸ ਦੇ ਵਿੱਚ ਸੋਲਵ ਕਰਾਂਗੇ ਸੋ ਅਸੀਂ ਆਪਣਾ ਪ੍ਰੂਫ ਸ਼ੁਰੂ ਕਰਦੇ ਹਾਂ ਸੋ ਪ੍ਰੂਫ ਕੀ ਹੈ ਸਾਡਾ ਪ੍ਰੂਫ ਜੋ ਸਾਡੇ ਪਾਸ ਸਾਡੀ ਰਾਈਟ ਐਂਗਲ ਟ੍ਰਾਇੰਗਲ ABC ਹੈ ਮੇਨ ਟ੍ਰਾਇੰਗਲ ਹੈ ਇਸ ਨੂੰ ਅਸੀਂ ਦੋ ਪਾਰਟਸ ਵਿੱਚ ਡਿਵਾਈਡ ਕਰ ਲਿਆ ਪਾਰਟ 1 ਤੇ ਪਾਰਟ 2 ਸੋ ਮੈਂ ਪਾਰਟ 1 ਨੂੰ ਫਿਰ ਤੋਂ ਬਾਹਰ ਬਣਾਣਾ ਹੈ ਇੱਕ ਇੱਕ ਰਾਈਟ ਐਂਗਲ ਟ੍ਰਾਇੰਗਲ ਬਣਾ ਲਓ ਛੋਟੀ ਆਪਣੇ ਕੋਲੋਂ ਸਪੋਜ਼ ਇਹ ਰਾਈਟ ਐਂਗਲ ਟ੍ਰਾਇੰਗਲ ਹੈ ਤੇ ਇਹ ਸਾਡੇ ਕੀ ਹੈ ਫਸਟ ਪਾਰਟ ਹੈ ਪਾਰਟ 1 ਸਾਡੀ ਮੇਜਰ ਟ੍ਰਾਈਐਂਗਲ ਕਿਹੜੀ ਹੈ ABC ਜਿਹੜੀ ਅਸੀਂ ਸਟਾਰਟ ਕਰੀ ਸੀ ਸ਼ੁਰੂ ਦੇ ਵਿੱਚ ਸੋ ਪਾਰਟ 1 ਮੈਂ نیچے ਬਣਾ ਲਿਆ ਹੈ ਹੁਣ ਮੈਂ ਇਸ ਨੂੰ ਰੋਟੇਟ ਕਰਕੇ ਬਣਾਇਆ ਕਿਉਂਕਿ ਐਂਗਲ D ਜੋ ਹੈ ਸਾਡਾ 90 ਸੀ ਮੇਜਰ ਦੇ ਵਿੱਚ ਸਾਡਾ B 90 ਸੀ ਸੋ so, B ਤੇ D 90 ਨੇ ਮੈਂ B ਦੇ ਕਾਰਸਪੋਂਡਿੰਗ ਬਿਲਕੁਲ ਪੁਆਇੰਟ ਕੀ ਲਿਆ ਹੈ D ਲਿਆ ਹੈ ਕਿਉਂਕਿ D ਦੇ ਉੱਪਰ ਕੀ ਹੈ 90 ਹੈ ਦੂਸਰਾ ਜਿਹੜਾ ਪੁਆਇੰਟ A ਹੈ ਉਹ ਵੱਡੀ ਟ੍ਰਾਈਐਂਗਲ ਦੇ ਵਿੱਚ ਵੀ ਹੈ ਤੇ ਛੋਟੀ ਦੇ ਵਿੱਚ ਵੀ ਹੈ ਸੋ ਉੱਪਰ ਟੌਪ ਤੇ ਸਾਡਾ ਪੁਆਇੰਟ ਕੀ ਆਏਗਾ A ਹੁਣ ਸਾਡੀ ਜਿਹੜੀ ਛੋਟੀ ਟ੍ਰਾਈਐਂਗਲ ਉਹ A B D ਹੈ ਸੋ ਲਾਸਟ ਪੁਆਇੰਟ ਸਾਡਾ B ਜਿਹੜਾ ਹੈ ਉਹ ਰਾਈਟ ਸਾਈਡ ਕੋਰਨਰ ਤੇ ਫਿਕਸ ਹੋ ਗਿਆ ਹੈ ਸੋ ਅਸੀਂ ਇਸ ਨੂੰ ਰੱਟਾ ਨਹੀਂ ਮਾਰਨਾ ਹੈ ਅੰਡਰਸਟੈਂਡ ਕਰਨਾ ਹੈ ਕਿ A ਕਾਮਨ ਹੈ B ਤੇ D ਦੇ ਵਿੱਚ 90 ਹੈ ਸੋ ਪਾਰਟ 1 ਸ਼ੁਰੂ ਕਰਦੇ ਆਪਾਂ ਆਪਣਾ ਇਨ ਟ੍ਰਾਈਐਂਗਲ ਮਿਜਰ ਟ੍ਰਾਈਐਂਗਲ ਜਿਹੜੀ ਸਾਡੀ A B C ਤੇ ਦੂਸਰੀ ਟ੍ਰਾਈਐਂਗਲ ਹੈ ਸਾਡੀ A D B ਬਿਲਕੁਲ ਅਸੀਂ 90 ਡਿਗਰੀ ਦੇ ਕੋਣ ਦੇ ਵਿੱਚ ਚੱਲਣਾ ਹੈ ਰਾਈਟ ਐਂਗਲ ਦੇ ਵਿੱਚ ਸੋ so, ਐਂਗਲ B ਤੇ ਐਂਗਲ D ਦੋਵਾਂ ਦੇ ਵਿੱਚ ਵੱਡੀ ਦੇ ਵਿੱਚ ਐਂਗਲ B ਤੇ ਛੋਟੀ ਦੇ ਵਿੱਚ ਐਂਗਲ D ਦੋਵੇਂ ਕਿੰਨੇ ਦੇ ਨੇ 90 ਡਿਗਰੀ ਦੇ ਨੇ ਸੋ ਇਕੁਅਲ ਨੇ ਇਸੇ ਤਰ੍ਹਾਂ ਜਿਹੜਾ ਦੂਸਰਾ ਪੁਆਇੰਟ ਸਾਡਾ ਕਾਮਨ ਹੈ A ਦੋਨੋਂ ਟਰਾਈਐਂਗਲਸ ਦੇ ਵਿੱਚ ਸੋ ਇਹ ਵਾਲਾ ਜਿਹੜਾ ਐਂਗਲ ਹੈ ਉਹ ਦੋਵੇਂ ਟਰਾਈਐਂਗਲਸ ਦੇ ਵਿੱਚ ਕਾਮਨ ਹੈ ਐਂਗਲ A ਐਂਗਲ A ਕਾਮਨ ਇਸ ਨੂੰ ਅਸੀਂ ਸਾਂਝਾ ਬੋਲ ਸਕਦੇ ਹਾਂ ਪੰਜਾਬੀ ਦੇ ਵਿੱਚ ਸੋ ਸਾਡੇ ਪਾਸ ਸਿਮਿਲੈਰਿਟੀ ਦਾ ਰੂਲ ਆ ਗਿਆ ਦੋ ਐਂਗਲ ਸਾਡੇ ਇਕੁਅਲ ਨੇ ਏ ਏ ਰੂਲ ਕੋਣ ਕੋਣ ਪ੍ਰੋਪਰਟੀ ਜਿਹੜੀ ਸਾਡੀ ਸੋ ਬਾਏ ਏ ਏ ਰੂਲ ਟ੍ਰਾਇੰਗਲ ਏ ਬੀ ਸੀ ਇਜ਼ ਸਿਮਿਲਰ ਟੂ ਟ੍ਰਾਇੰਗਲ ਏ ਡੀ ਬੀ ਇਹ ਦੋਵੇਂ ਤ੍ਰਿਭੁਜਾਂ ਕੀ ਹੋ ਗਈਆਂ ਨੇ ਸਮਰੂਪ ਹੋ ਗਈਆਂ ਨੇ ਤੇ ਸਾਨੂੰ ਪਤਾ ਹੈ ਕਿ ਸਿਮਿਲਰ ਟ੍ਰਾਇੰਗਲਸ ਦੀਆਂ ਜਿਹੜੀਆਂ ਕੋਰਸਪੋਂਡਿੰਗ ਸਾਈਡਸ ਨੇ ਉਹਨਾਂ ਦੀ ਰੇਸ਼ਿਓ ਕੀ ਹੁੰਦੀ ਹੈ ਇਕੁਅਲ ਹੁੰਦੀ ਹੈ ਸੋ ਏ ਬੀ ਪਹਿਲੇ ਦੋ ਪੁਆਇੰਟਸ ਏ ਡੀ ਪਹਿਲੇ ਦੋ ਪੁਆਇੰਟਸ ਬਿਲਕੁਲ ਸਾਹਮਣੇ ਸਾਹਮਣੇ ਸਾਈਡ ਹੈ ਸੋ ਇਹਨਾਂ ਦੀ ਰੇਸ਼ੋ ਲੈਣੀ ਆਪਾਂ ਨੇ ਏ ਬੀ ਓਵਰ ਏ ਡੀ ਇਕੁਅਲਸ ਲਾਸਟ ਟੂ ਪੁਆਇੰਟਸ ਬੀ ਸੀ ਇਹਦੇ ਵੀ ਲਾਸਟ ਟੂ ਪੁਆਇੰਟਸ ਬੀ ਡੀ ਜੇ ਮੈਂ ਬੀ ਸੀ ਨੂੰ ਕੰਪੇਅਰ ਕਰਾਂ ਬੀ ਡੀ ਦੇ ਨਾਲ ਨੀਚੇ ਵੱਲ ਬੇਸ ਹੈ ਸਾਡਾ ਸੋ ਬੀ ਸੀ ਓਵਰ ਬੀ ਡੀ ਇਕੁਅਲਸ ਫਸਟ ਐਂਡ ਲਾਸਟ ਪੁਆਇੰਟ ਏ ਸੀ ਜੋ ਸਾਡਾ ਕਰਨ ਹੈ ਹਾਈਪਰ ਨਿਊਸ ਹੈ ਸਾਡਾ ਏ ਸੀ ਓਵਰ ab so ac ਦੇ ਉਪਰ نیچے ਕੀ ਆਏਗਾ ਸਾਡੇ ਕੋਲ ab ਆਏਗਾ so ਇਸ ਨੂੰ ਵੀ ਕੋਈ ਰੱਟਾ ਮਾਰਨ ਦੀ ਜਰੂਰਤ ਨਹੀਂ ਹੈ so ਇੱਥੇ ਅਸੀਂ ਕੀ ਚੈੱਕ ਕਰਨਾ ਹੈ ਕਿ ਕ੍ਰੋਸ ਮਲਟੀਪਲਾਈ ਕਰਨ ਤੋਂ ਬਾਅਦ ਸਾਡੇ ਪਾਸ ਕਿਹੜੀਆਂ ਦੋ ਸਾਈਡਸ ਨੇ ਜਿਹੜੀਆਂ ਸੇਮ ਹੋਣਗੀਆਂ ab² ਜਾਂ bc² so ab ab ਫਸਟ ਤੇ ਲਾਸਟ ਦੇ ਵਿੱਚ ab ਆ ਰਹੀ ਹੈ ਸਾਡੇ ਪਾਸ ਅਸੀਂ ਜਿਹੜੀ ਸੈਂਟਰ ਵਾਲੀ ਰੇਸ਼ੋ ਹੈ ਉਸ ਨੂੰ ਡ੍ਰੌਪ ਕਰ ਦਿੰਨੇ ਆ ab ad ac ab ਕ੍ਰੋਸ ਮਲਟੀਪਲਾਈ ਸੋ এবੀ ਇੰਟੂ এবੀ ਸਾਡੇ ਪਾਸ ਕੀ ਆਏਗਾ এবੀ ਸਕੁਅਰ এবੀ ਦੀ ਘਾਤ 2 ਇਕਵਲਸ ਏ ਸੀ ਇੰਟੂ ਏ ਡੀ ਇਹ ਸਾਡੀ ਹੋ ਗਈ ਹੈ ਇਕੁਏਸ਼ਨ 1 ਇਹ ਸਾਡਾ ਪਾਰਟ 1 ਜਿਹੜਾ ਹੈ ਇੱਥੇ ਕੰਪਲੀਟ ਹੋ ਗਿਆ ਸੋ ਦੂਸਰੇ ਸਟੈਪ ਦੇ ਵਿੱਚ ਬਿਲਕੁਲ ਸੇਮ ਅਸੀਂ ਦੂਸਰੀ ਟਰਾਈਐਂਗਲ ਨੂੰ ਆਪਣੀ ਜਿਹੜੀ ਮੇਨ ਟਰਾਈਐਂਗਲ ਉਹਦੇ ਨਾਲ ਬਿਲਕੁਲ ਇਸੇ ਤਰ੍ਹਾਂ ਕੰਪੇਅਰ ਕਰਨਾ ਹੈ ਸੋ ਸਾਡੀ ਮੇਨ ਟਰਾਈਐਂਗਲ ਜਿਹੜੀ ਹੈ ਉਹ ABC ਹੈ ਤੇ ਦੂਸਰੀ ਟਰਾਈਐਂਗਲ ਜਿਹੜੀ ਹੈ ਅਸੀਂ ਇੱਕ ਰਫ ਬਣਾ ਲੈਨੇ ਆ ਬਿਲਕੁਲ ਸਾਈਡ ਤੇ ਰਾਈਟ ਐਂਗਲ ਲੈਣਾ ਹੈ ਰਾਈਟ ਐਂਗਲ ਟਰਾਈਐਂਗਲ ਡਰਾ ਕਰ ਲੈਣੀ ਹੈ ਸੋ ਇਹ ਸਾਡੀ ਪਹਿਲੀ ਟਰਾਈਐਂਗਲ ਹੈ ਮੈਂ ਬਣਾ ਲਈਏ ABC ਜਿਹੜੀ ਸਾਡੀ ਮੇਨ ਟਰਾਈਐਂਗਲ ਸੀ ਤੇ ਇਸ ਦੇ ਕੋਰਸਪੋਂਡਿੰਗ ਅਸੀਂ ਸੈਕੰਡ ਪਾਰਟ ਜਿਹੜਾ ਹੈ ਸਾਡਾ ਦੂਸਰੀ ਸਾਡੀ ਟਰਾਈਐਂਗਲ ਹੈ ਜਿਹੜੀ ਉਸ ਨੂੰ ਬਣਾਣਾ ਹੈ ਉਹਦੇ ਲਈ ਅਸੀਂ ਬਿਲਕੁਲ ਇੱਕ ਹੋਰ ਛੋਟੀ ਰਾਈਟ ਐਂਗਲ ਟਰਾਈਐਂਗਲ ਬਣਾ ਲੈਣੀ ਹੈ ਤੇ ਹੁਣ ਅਸੀਂ ਪੁਆਇੰਟ ਫਿਕਸ ਕਰਨੇ ਆ ਫਿਰ ਤੋਂ ਸੋ ਜੇਕਰ ਮੈਂ ਧਿਆਨ ਨਾਲ ਦੇਖਾਂ ਤਾਂ ਐਂਗਲ ਡੀ ਦੇ ਉੱਪਰ ਕੀ ਹੈ 90 ਡਿਗਰੀ ਦਾ ਐਂਗਲ ਹੈ ਤਾਂ ਮੇਰਾ 90 ਦੇ ਵਿੱਚ ਜਿਹੜਾ ਐਂਗਲ ਬਣ ਰਿਹਾ ਹੈ ਉਹ ਕੀ ਹੋਏਗਾ ਪੁਆਇੰਟ ਡੀ ਜਿਹੜੀ ਟ੍ਰਾਈਐਂਗਲ 2 ਹੈ ਸਾਡੇ ਪਾਸ ਉਸ ਦੇ ਨੀਚੇ ਵੱਲ ਪੁਆਇੰਟ ਸੀ ਹੈ ਐਂਗਲ ਸੀ ਸੋ ਸੀ ਦੇ ਉੱਪਰ ਬਿਲਕੁਲ ਸੀ ਜਾਨੇ ਦੇ ਵਿੱਚ ਕਾਮਨ ਹੈ ਸੋ ਸੀ ਦੇ ਨਾਲ ਅਸੀਂ ਸੀ ਫਿਕਸ ਕਰ ਲਿਆ ਹੈ ਸਾਡਾ ਇੱਕ ਪੁਆਇੰਟ ਰਹਿ ਗਿਆ ਹੈ ਉਹ ਕਿਹੜਾ ਹੈ ਪੁਆਇੰਟ ਬੀ ਦੂਸਰੀ ਟ੍ਰਾਈਐਂਗਲ ਦਾ ਸੋ ਅਸੀਂ ਇੱਥੋਂ ਸਟੈਪ ਜਿਹੜਾ 2 ਹੈ ਉਹ ਸਟਾਰਟ ਕਰਦੇ ਹਾਂ ਆਪਣਾ ਇਨ ਟ੍ਰਾਇੰਗਲ ABC ਜਿਹੜੀ ਸਾਡੀ ਮੇਜਰ ਟ੍ਰਾਇੰਗਲ ਹੈ ਜਿਹੜੀ ਸ਼ੁਰੂ ਦੇ ਵਿੱਚ ਸੀ ਸਾਡੇ ਕੋਲ ਇਨ ਟ੍ਰਾਇੰਗਲ ABC ਐਂਡ ਟ੍ਰਾਇੰਗਲ BDC ਬਿਲਕੁਲ 90 ਡਿਗਰੀ ਦੇ ਕੋਣ ਦੇ ਵਿੱਚ ਚੱਲਣਾ ਆਪਾਂ ਨੇ 90 ਡਿਗਰੀ ਦੇ ਐਂਗਲ ਦੇ ਵਿੱਚ ਸੋ ਐਂਗਲ B ਤੇ ਐਂਗਲ D ਦੋਵੇਂ ਕਿੰਨੇ 90 ਡਿਗਰੀ ਦੇ ਨੇ ਸੋ ਇਕੁਅਲ ਹੋਣਗੇ ਇਸ ਫਸਟ ਸਟੈਪ ਦੇ ਵਿੱਚ ਵੀ ਸੇਮ ਸਟੈਪ ਆਇਆ ਸੀ ਉੱਪਰ ਐਂਗਲ C ਹੈ ਜਾਂ نیچے ਐਂਗਲ C ਹੈ ਸੋ ਇਹ ਕੀ ਹੋਏਗਾ ਸਾਡਾ ਕਾਮਨ ਸਾਂਝਾ ਜੋ ਸਾਡਾ ਸਟੈਪ 1 ਸੀ ਉਹਦੇ ਵਿੱਚ ਐਂਗਲ A ਕਾਮਨ ਹੈ ਅਸੀਂ ਬਿਲਕੁਲ ਸੇਮ ਸਟੈਪ ਹੈ ਸੋ ਬਾਏ A A ਰੂਲ ਕੋਣ ਕੋਣ ਰੂਲ ਦੇ ਤਹਿਤ ਟ੍ਰਾਇੰਗਲ ABC ਜਿਹੜੀ ਹੈ ਉਹ ਸਿਮਿਲਰ ਹੈ ਟ੍ਰਾਇੰਗਲ BDC ਦੇ ਸੋ ਸਿਮਿਲਰ ਟ੍ਰਾਇੰਗਲਸ ਦੀ ਜਿਹੜੀਆਂ ਕੋਰਸਪੋਂਡਿੰਗ ਸਾਈਡਸ ਨੇ ਉਹਨਾਂ ਦੀ ਰੇਸ਼ਿਓ ਕੀ ਹੁੰਦੀ ਹੈ ਇਕੁਅਲ ਸੋ AB BD ਫਸਟ 2 ਪੁਆਇੰਟਸ ਲਾਸਟ ਉਧਰ ਵੀ ਫਸਟ 2 ਪੁਆਇੰਟਸ ਪਰਪੈਂਡੀਗੂਲਰ ਦੋਨੋਂ ਸਾਈਡ ਹੈ AB BD ਇਕਵਲਸ ਲਾਸਟ ਟੂ BC DC ਸੋ ਇਹ ਬੇਸ ਬਣਦਾ ਸਾਡਾ BC DC ਇਕਵਲਸ ਲਾਸਟ ਫਸਟ ਪੁਆਇੰਟ ਟੂ ਲਾਸਟ ਪੁਆਇੰਟ AC BC ਕਾਰਨ ਸਾਡੇ ਜਿਹੜੇ ਨੇ AC BC ਸੋ ਇਹ ਤਿੰਨੋਂ ਰੇਸ਼ਿਓ ਜਿਹੜੀਆਂ ਨੇ ਸਾਡੀਆਂ ਬਰਾਬਰ ਹੋਣਗੀਆਂ ਸੋ ਇਬੜਾ ਈਜ਼ ਏ ਕ੍ਰੈਮ ਕਰਨ ਦੀ ਲੋੜ ਨਹੀਂ ਸਾਨੂੰ ਇੱਥੇ ਵੀ ਸੋ ਇੱਥੇ ਅਸੀਂ ਫਿਰ ਕ੍ਰੋਸ ਮਲਟੀਪਲਾਈ ਕਰਨਾ ਹੈ ਜਿੱਥੇ ਸੇਮ ਸਾਈਡਸ ਨੇ ਫਸਟ ਰੇਸ਼ਿਓਨ ਨੂੰ ਅਸੀਂ ਡ੍ਰੌਪ ਕਰ ਦਿੰਨੇ ਆ ਸੋ bc bc ਸਾਡੇ ਪਾਸ ਕੀ ਆ ਜਾਏਗਾ bc² ac dc ਇੱਥੇ ਜਿਹੜਾ ਸਾਡਾ ਸਟੈਪ 2 ਹੈ ਉਹ ਕੰਪਲੀਟ ਹੋ ਗਿਆ ਇਸ ਨੂੰ ਅਸੀਂ ਇਕੁਏਸ਼ਨ 2 ਕਹਿ ਦਿੰਨੇ ਆ ਸੋ ਜੋ ਸਾਡੀ ਥਿਊਰਮ ਹੈ ਉਸ ਦੇ ਵਿੱਚ ਸਾਡੀ ਡਿਮਾਂਡ ਕੀ ਹੈ ਰਾਈਟ ਹੈਂਡ ਸਾਈਡ ਦੇ ਵਿੱਚ ab² bc square ਦੇ ਦੋਨੇ ਐਡ ਹੋਣੇ ਚਾਹੀਦੇ ਨੇ ਸੋ ਇਕੁਏਸ਼ਨ 1 ਦੇ ਵਿੱਚ ਮੇਰੇ ਪਾਸ ab square ਆ ਰਿਹਾ ਏ ਸੋ ਇਕੁਏਸ਼ਨ 2 ਦੇ ਵਿੱਚ ਮੇਰੇ ਪਾਸ bc square ਆ ਰਿਹਾ ਏ ਸੋ ਅਸੀਂ ਲੈਫਟ ਹੈਂਡ ਸਾਈਡ ਨੂੰ ਲੈਫਟ ਹੈਂਡ ਸਾਈਡ ਦੇ ਵਿੱਚ ਐਡ ਕਰ ਲੈਨੇ ਆ ਰਾਈਟ ਨੂੰ ਰਾਈਟ ਸਾਈਡ ਦੇ ਵਿੱਚ ਐਡ ਕਰ ਲਾਂਗੇ ਸੋ ਐਡਿੰਗ 1 ਐਂਡ 2 ਇਹ ਸਾਡਾ ਸਟੈਪ 3 ਸ਼ੁਰੂ ਹੋ ਗਿਆ ਇੱਥੋਂ ab square bc square ਇਕੁਅਲਸ AC into AD ਸੋ ਰਾਈਟ ਸਾਈਡ ਐਡ ਕਰ ਲੈਣਾ AC into AD plus AC into DC ਇਹ ਸਾਡੀ ਇਕੁਏਸ਼ਨ 2 ਤੋਂ ਹੈ ਦੋਨਾਂ ਦੇ ਵਿੱਚ AC ਕੀ ਹੈ ਸਾਡੇ ਕੋਲ ਕਾਮਨ ਹੈ ਸੋ AC ਜਿਹੜਾ ਬਾਹਰ ਆ ਜਾਏਗਾ ਸੋ AC ਕਾਮਨ ਲੈ ਲੈਣਾ ਵਿੱਚ ਕੀ ਰਹਿ ਗਿਆ ਸਾਡੇ ਕੋਲ ਫਸਟ ਦੇ ਵਿੱਚ AD ਰਹਿ ਗਿਆ ਤੇ ਸੈਕੰਡ ਦੇ ਵਿੱਚ ਸਾਡੇ ਕੋਲ ਕੀ ਰਹਿ ਗਿਆ DC ਸੋ so AD plus DC ਸਾਡੇ ਕੋਲ AC ਹੁੰਦਾ ਹੈ ਆਪਾਂ ਚੈੱਕ ਕਰ ਲੈਣੇ ਉੱਪਰ ਸੋ so, a d d c ਤਾਂ ਇਹ ਕੀ ਮਿਲ ਕੇ ਬਣਦਾ ਸਾਡੇ ਪਾਸ ac ਸੋ ਅਸੀਂ ad dc ਦੀ ਥਾਂ ਤੇ ਕੀ ਫਿਲ ਕਰ ਦਨੇ ਆ ac ਸੋ ac ac that is equal to ac square ਸੋ ab² bc² ac² ਤਰੀਕੇ ਨਾਲ ਥਿਊਰਮ ਯਾਦ ਕਰੋਗੇ ਸਮਝੋਗੇ ਤਾਂ ਬੜੀ ਈਜ਼ੀ ਹੈ ਦਨ ਸਟੈਪ ਨੇ ਸਟੈਪ 1 ਦੇ ਵਿੱਚ ਅਸੀਂ ਆਪਣੀ ਮੇਜਰ ਜਿਹੜੀ ਟਰਾਈਐਂਗਲ ਸੀ ਉਸ ਨੂੰ ਫਸਟ ਟਰਾਈਐਂਗਲ ਦੇ ਨਾਲ ਕੰਪੇਅਰ ਕੀਤਾ ਟਰਾਈਐਂਗਲਸ ਨੂੰ ਬਿਲਕੁਲ ਐਲ ਸ਼ੇਪ ਦੇ ਵਿੱਚ ਰਾਈਟ ਐਂਗਲ ਦੇ ਵਿੱਚ ਲਿਆ ਫਿਰ ਅਸੀਂ ਸੈਕੰਡ ਦੇ ਨਾਲ ਕੰਪੇਅਰ ਕੀਤਾ ਤੇ ਥਰਡ ਸਟੈਪ ਦੇ ਵਿੱਚ ਅਸੀਂ ਦੋਨੋਂ ਇਕੁਏਸ਼ਨਸ ਨੂੰ ਐਡ ਕਰਤਾ ਤੇ ਹੈਂਸ ਪ੍ਰੂਵਡ ਤੇ ਇਸ ਨਾਲ ਸਾਡੇ ਜਿਹੜੇ 6 ਅੰਕ ਨੇ 6 ਮਾਰਕਸ ਨੇ ਉਹ ਸ਼ੋਰ ਹੋ ਗਏ ਨੇ ਜੇਕਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪਲੀਜ਼ ਕਮੈਂਟ ਜ਼ਰੂਰ ਕਰੋ ਹੋਰ ਵੀ ਵਧੀਰੇ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਤੇ ਆਉਣ ਲਈ